ਸਾਰੀ ਉਮਰ ਨਾਮ ਕਮਾਉਣ ਵਾਲਾ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਆਪਣੇ ਆਖਰੀ ਟਾਈਮ ਦੇ ਵਿੱਚ ਬਹੁਤ ਉਦਾਸ ਅਤੇ ਚਿੰਤਾ ਦੇ ਵਿੱਚ ਸੀ। ਸੋ ਦੋਸਤੋ, ਇਸੇ ਬਾਰੇ ਆਪਾਂ ਅੱਜ ਗੱਲ ਕਰਨ ਵਾਲੇ ਹਾਂ ਕਿ ਮਾਣਕ ਸਾਹਿਬ ਦਾ ਆਖਰੀ ਟਾਈਮ ਕਿਵੇਂ ਗੁਜ਼ਰਿਆ ਅਤੇ ਕਿਵੇਂ ਲਗਾਤਾਰ ਮਾਣਕ ਸਾਹਿਬ ਨੂੰ ਮੁਸੀਬਤਾਂ ਨੇ ਘੇਰਿਆ, ਜਿਨ੍ਹਾਂ ਦੇ ਚੱਲਦੇ ਹੋਏ ਮਾਣਕ ਸਾਹਿਬ ਆਖਰ 30 ਨਵੰਬਰ 2011 ਨੂੰ ਇੱਕ ਉਦਾਸੀ ਅਤੇ ਇੱਕ ਨਿਰਾਸ਼ਾ ਆਪਣੇ ਨਾਲ ਲੈ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਆਖਰ 2011 ਦੇ ਵਿੱਚ ਹੋਇਆ ਕੀ ਸੀ, ਕੀ ਕਾਰਨ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦਾ ਇੱਕ ਲੌਤਾ ਅਤੇ ਯੋਗ ਪੁੱਤਰ, ਜਿਸ ਦੇ ਵਿੱਚ ਲੋਕ ਦੂਜਾ ਕੁਲਦੀਪ ਮਾਣਕ ਬਣਦਾ ਹੋਇਆ ਦੇਖ ਰਹੇ ਸੀ, ਮੰਜੇ ਦੇ ਉੱਪਰ ਪੈ ਗਿਆ ਅਤੇ ਅੱਜ ਤੱਕ ਵੀ ਉਹ ਸਿਰਫ ਆਪਣੇ ਪੈਰਾਂ ਦੇ ਉੱਪਰ ਚੱਲਣ ਜੋਗਾ ਹੋਇਆ, ਪਹਿਲਾਂ ਵਾਲੇ ਰੰਗ ਦੇ ਵਿੱਚ ਨਹੀਂ ਪਹੁੰਚ ਸਕਿਆ। ਇਸ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਕਿ 2011 ਦੇ ਵਿੱਚ ਇਦਾਂ ਦਾ ਕੀ ਹੋਇਆ ਸੀ, ਲੋਕ ਕਿਹੜੀਆਂ ਕਿਹੜੀਆਂ ਅਫਵਾਹਾਂ ਫੈਲਾ ਕੇ ਮਾਣਕ ਪਰਿਵਾਰ ਨੂੰ ਲਗਾਤਾਰ ਬਦਨਾਮ ਕਰਦੇ ਆ ਰਹੇ ਆ, ਜਿਨ੍ਹਾਂ ਦਾ ਸਦਮਾ ਕਿ ਸ਼ਾਇਦ ਕੁਲਦੀਪ ਮਾਣਕ ਸਾਹਿਬ ਨੂੰ ਵੀ ਲੱਗਿਆ। ਸੋ ਦੋਸਤੋ, ਤੁਸੀਂ ਇੰਨਾ ਕੰਮ ਜ਼ਰੂਰ ਕਰਨਾ ਕਿ ਕੁਲਦੀਪ ਮਾਣਕ ਸਾਹਿਬ ਦੇ ਸਪੁੱਤਰ ਯੁੱਧਵੀਰ ਮਾਣਕ ਦੇ ਲਈ ਕਮੈਂਟਾਂ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਉਹਨਾਂ ਦੀ ਚੰਗੀ ਸਿਹਤ ਦੇ ਲਈ ਕਾਮਨਾ ਕਰਨੀ ਆ। ਇਸ ਤੋਂ ਇਲਾਵਾ ਮਾਣਕ ਸਾਹਿਬ ਦੇ ਲਈ ਇੱਕ ਲਾਈਕ ਕਰਨਾ ਬੰਦਾ। ਸੋ ਦੋਸਤੋ, ਸਿੱਧਾ ਮੇਨ ਟੌਪਿਕ 'ਤੇ ਆਉਂਦੇ ਹਾਂ। ਇਹ ਗੱਲ 2011 ਦੀ ਆ, ਜਦੋਂ ਕੁਲਦੀਪ ਮਾਣਕ ਸਾਹਿਬ ਦੇ ਨਾਲ ਨਾਲ ਉਹਨਾਂ ਦਾ ਬੇਟਾ ਯੁੱਧਵੀਰ ਮਾਣਕ ਵੀ ਉਹਨਾਂ ਦੇ ਪੈਰ ਦੇ ਵਿੱਚ ਪੈਰ ਧਰਦਾ ਹੋਇਆ ਲਗਾਤਾਰ ਕਾਮਯਾਬੀ ਦੇ ਨਵੇਂ ਝੰਡੇ ਅਤੇ ਕੀਰਤੀਮਾਨ ਸਥਾਪਿਤ ਕਰ ਰਿਹਾ ਸੀ। ਕਈ ਲੋਕਾਂ ਨੇ ਇਹ ਕਿਹਾ ਕਿ ਯੁੱਧਵੀਰ ਮਾਣਕ ਦੇ ਰੂਪ ਦੇ ਵਿੱਚ ਸਾਨੂੰ ਨਵਾਂ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਮਿਲ ਗਿਆ। ਮਾਣਕ ਸਾਹਿਬ ਨੇ ਜਿਹੜਾ ਸੁਪਨਾ ਆਪਣੇ ਪੁੱਤਰ ਦੇ ਲਈ ਸੋਚਿਆ ਸੀ, ਉਹ ਉਸੇ ਸੁਪਨੇ ਨੂੰ ਪੂਰਾ ਕਰਦਾ ਹੋਇਆ ਲਗਾਤਾਰ ਅੱਗੇ ਵੱਧ ਰਿਹਾ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਸ ਟਾਈਮ ਯੁੱਧਵੀਰ ਮਾਣਕ ਟੌਪ ਦੇ ਪੰਜਾਬੀ ਸਿੰਗਰਾਂ ਦੇ ਵਿੱਚ ਸ਼ਾਮਲ ਹੋ ਗਿਆ ਸੀ। ਉਹਨਾਂ ਦਾ ਗੀਤ ਗਿੱਪੀ ਗਰੇਵਾਲ ਦੇ ਨਾਲ ਆਇਆ ਸੀ ਗੱਭਰੂ, ਜਿਸ ਨੂੰ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਫਿਰ ਇੱਕ ਟਾਈਮ ਅਜਿਹਾ ਵੀ ਆਇਆ ਕਿ 2011 ਦੇ ਵਿੱਚ ਯੁੱਧਵੀਰ ਮਾਣਕ ਨੂੰ ਇੱਕ ਮਾਮੂਲੀ ਜਿਹੀ ਬਿਮਾਰੀ ਪੀਲੀਏ ਨੇ ਘੇਰ ਲਿਆ। ਮਾਣਕ ਪਰਿਵਾਰ ਨੇ ਸੋਚਿਆ ਕਿ ਯੁੱਧਵੀਰ ਜਲਦ ਹੀ ਠੀਕ ਹੋ ਜੂਗਾ, ਪਰ ਇੱਦਾਂ ਦਾ ਕੁਝ ਨਹੀਂ ਹੋਇਆ। ਮਾਣਕ ਪਰਿਵਾਰ ਲਗਾਤਾਰ ਆਪਣੇ ਬੇਟੇ ਦੇ ਇਲਾਜ ਦੇ ਵਿੱਚ ਜੁੱਟ ਗਿਆ, ਪਰ ਇਹ ਪੀਲੀਆ ਇੰਨਾ ਜ਼ਿਆਦਾ ਵਿਗੜਿਆ ਕਿ ਯੁੱਧਵੀਰ ਠੀਕ ਨਹੀਂ ਹੋ ਰਿਹਾ ਸੀ। ਫਿਰ ਇੱਕ ਦਿਨ ਅਚਾਨਕ ਅਜਿਹੀ ਕਲਹਿਣੀ ਘੜੀ ਆਈ ਜਦੋਂ ਯੁੱਧਵੀਰ ਮਾਣਕ ਨੂੰ ਇੱਕ ਅਟੈਕ ਆਇਆ, ਜਿਸ ਨੇ ਕਿ ਯੁੱਧਵੀਰ ਮਾਣਕ ਨੂੰ ਅਪਾਹਜ ਬਣਾ ਦਿੱਤਾ। ਯੁੱਧਵੀਰ ਮਾਣਕ ਦੇ ਹੱਥ ਪੈਰ ਕੰਮ ਕਰਨਾ ਬੰਦ ਕਰ ਚੁੱਕੇ ਸੀ। ਯੁੱਧਵੀਰ ਨੂੰ ਲੁਧਿਆਣਾ ਦੇ DMC ਦੇ ਵਿੱਚ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਯੁੱਧਵੀਰ ਮਾਣਕ ਕੋਮਾ ਦੇ ਵਿੱਚ ਚਲਿਆ ਗਿਆ ਅਤੇ ਇਹ ਕੋਮਾ ਇੰਨਾ ਭਿਆਨਕ ਸੀ ਕਿ ਯੁੱਧਵੀਰ ਮਾਣਕ ਨੇ ਅੱਖਾਂ ਤਾਂ ਖੋਲੀਆਂ ਪਰ ਪੁਰਾਣਾ ਯੁੱਧਵੀਰ ਮਾਣਕ ਬਿਲਕੁਲ ਗਾਇਬ ਹੋ ਚੁੱਕਿਆ ਸੀ। ਉਹ ਆਪਣਾ ਰੰਗ ਹੁਣ ਉਸ ਤਰ੍ਹਾਂ ਬਖੇਰਨ ਦੇ ਲਈ ਬਿਲਕੁਲ ਤਿਆਰ ਨਹੀਂ ਸੀ। ਮਾਣਕ ਪਰਿਵਾਰ ਦੇ ਇਸ ਲੌਤੇ ਬੇਟੇ ਦੀ ਸਿਹਤ ਇੰਨੀ ਜ਼ਿਆਦਾ ਵਿਗੜੀ ਕਿ ਇਹ ਆਪਣਿਆਂ ਨੂੰ ਹੀ ਪਹਿਚਾਨਣ ਤੋਂ ਅਪਾਹਜ ਹੋ ਗਿਆ। ਦੋਸਤੋ, ਇਸ ਬਾਰੇ ਕਈ ਤਰ੍ਹਾਂ ਦੀਆਂ ਲੋਕਾਂ ਦੁਆਰਾ ਅਫਵਾਹਾਂ ਵੀ ਫੈਲਾਈਆਂ ਗਈਆਂ, ਜਿਸ ਕਾਰਨ ਕਿ ਮਾਣਕ ਸਾਹਿਬ ਨੂੰ ਵੀ ਕਾਫੀ ਜ਼ਿਆਦਾ ਧੱਕਾ ਲੱਗਿਆ। ਕਈਆਂ ਨੇ ਇਸ ਨੂੰ 2011 ਦੇ ਵਰਲਡ ਕੱਪ ਦੇ ਨਾਲ ਜੋੜ ਕੇ ਦੇਖਿਆ ਅਤੇ ਕਿਹਾ ਕਿ ਯੁੱਧਵੀਰ ਮਾਣਕ ਨੇ ਕਿਸੇ ਦੇ ਨਾਲ ਕੋਈ ਸ਼ਰਤ ਲਗਾ ਲਈ ਸੀ, ਜਿਸ ਦੇ ਵਿੱਚ ਯੁੱਧਵੀਰ ਮਾਣਕ ਕਾਫੀ ਜ਼ਿਆਦਾ ਪੈਸੇ ਹਾਰ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕੋਈ ਚੀਜ਼ ਖਾ ਲਈ ਜਿਸ ਕਰਕੇ ਉਹਨਾਂ ਦੀ ਇਹ ਹਾਲਤ ਹੋ ਗਈ। ਪਰ ਅਸੀਂ ਇੱਥੇ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇੱਦਾਂ ਦਾ ਕੁਝ ਵੀ ਨਹੀਂ ਹੋਇਆ ਸੀ। ਯੁੱਧਵੀਰ ਮਾਣਕ ਆਪਣੇ ਪਿਤਾ ਦਾ ਇੱਕ ਲਾਡਲਾ ਅਤੇ ਆਗਿਆਕਾਰੀ ਪੁੱਤਰ ਸੀ। ਉਹ ਹਮੇਸ਼ਾ ਮਾਣਕ ਸਾਹਿਬ ਦੇ ਕਹੇ ਦੇ ਉੱਪਰ ਚੱਲਣ ਵਾਲਿਆਂ ਦੇ ਵਿੱਚੋਂ ਸੀ। ਦੋਸਤੋ, ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਯੁੱਧਵੀਰ ਮਾਣਕ ਦੀ ਸਿਹਤ ਦੇ ਵਿੱਚ ਤਾਂ ਕਾਫੀ ਜ਼ਿਆਦਾ ਸੁਧਾਰ ਹੋ ਚੁੱਕਿਆ, ਉਹ ਆਪਣੇ ਪੈਰਾਂ 'ਤੇ ਚੱਲ ਫਿਰ ਸਕਦੇ ਆ। ਪਰ ਜਦੋਂ ਪਹਿਲਾਂ ਡਾਕਟਰ ਦੇ ਕੋਲ ਯੁੱਧਵੀਰ ਮਾਣਕ ਨੂੰ ਲੈ ਕੇ ਗਏ ਸੀ ਤਾਂ ਡਾਕਟਰਾਂ ਨੇ ਬਹੁਤ ਘੱਟ ਉਮੀਦ ਜਿਤਾਈ ਸੀ ਕਿ ਯੁੱਧਵੀਰ ਮਾਣਕ ਹੁਣ ਕਦੇ ਆਪਣੇ ਪੈਰਾਂ 'ਤੇ ਚੱਲ ਸਕੂਗਾ। ਪਰ ਇਹ ਕਹਿ ਸਕਦੇ ਹਾਂ ਕਿ ਯੁੱਧਵੀਰ ਮਾਣਕ ਚਾਹੇ ਅੱਜ ਸਟੇਜਾਂ 'ਤੇ ਜਾ ਰਿਹਾ ਪਰ ਪੁਰਾਣੇ ਰੰਗ ਦੇ ਵਿੱਚ ਯੁੱਧਵੀਰ ਨੂੰ ਆਉਣ ਦੇ ਲਈ ਸ਼ਾਇਦ ਅਜੇ ਹੋਰ ਟਾਈਮ ਲੱਗ ਸਕਦਾ। ਪਰ ਉਮੀਦ ਕੀਤੀ ਜਾ ਰਹੀ ਆ ਕਿ ਜਿਸ ਤਰ੍ਹਾਂ ਯੁੱਧਵੀਰ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤਾਂ ਆਪਾਂ ਨੂੰ ਜਲਦ ਹੀ ਯੁੱਧਵੀਰ ਮਾਣਕ ਆਪਣਾ ਜਾਦੂ ਸਟੇਜਾਂ ਦੇ ਉੱਪਰ ਬਖੇਰਦਾ ਹੋਇਆ ਦਿਖਾਈ ਦੇ ਸਕਦਾ।
दोस्तों तुसी परमात्मा अगे यह दुआ जरूर करनी आ कि युद्धवीर माणक पूरी तरह ठीक हो के कुलदीप माणक साहब की जिहड़ी कमी सी वह पूरी करे ते स्टेजां दे उपर अपना जादू लोगों के सामने बखेरे। इस तों इलावा युद्धवीर माणक दे लई एक लाइक शेयर ते कमेंट जरूर करना, होर वीडियोज़ दे लई चैनल नूं सबसक्राइब भी कर लेना। थैंक यू सो मच।